अल्लाह के घर च आए जिंदगी सोहनी लंघती पी है। किन्ने बेटे ने थोड़े? बेटे जी मेरे दो ने, वो पता नहीं किधर गए चले ने। नहीं पहले पिछो हिंदुस्तान से माँ प्यो मेरा आया उठते हिंदुस्तान तो। आज मेरे साथ ऐसे बाबा जी मौजूद हैं जो कि कुछ अरसा पहले ईसाई थे और आज मुसलमान हैं। जाने उन्हीं की जबानी उन्हीं की कहानी। ला इलाहा इल्लल्लाह मुहम्मद रसूलल्लाह। माशाल्लाह जी। रीनो पाकिस्तान की वीडियोस देखने के लिए हमारे चैनल को सब्सक्राइब करें और साथ में दिए हुए बेल आइकन पर क्लिक करें ताकि इसी तरह की हर आने वाली वीडियो आपके पास आसानी पहुंच सके। अस्सलाम वालेकुम बाबा जी। वालेकुम अस्सलाम जी। क्या हाल है जी? जबरदस्त ठीक है जी। बीए से ठीक है? हां ठीक है। अच्छा सानू पता चले कि तुसी 2 साल तो कलमा पढ़ ले? हां जी हां जी कलमा पढ़ ले 2 साल तो। पहले केड़े मजहब नाल तल्लुक रखदे? पहले जी मसीह सा सी। मसीह हुंदे सा जी? हां जी। तुसी फिर जी मेरे मुंडे मेनू छड़ गए ने। मुंडे छड़ गए ने ते हुण मैं जी जगह कोनी हैगी। फिर जगह कोने ही कदे किते रोटी खाई दी कदे किसी को जी फोत हो गए मुंडे मैनू छड़ गए। जिंदगी किस तरह की गुजर रही जी? जी हूँ अल्लाह के घर च आए जिंदगी सोहनी लंघती पी है। कोई तरस कर जाने ने कोई पैसा भी दे देने ने भी यार बाबा चाह चू पीली रोटी खा ली की नहीं देंगे। किन्ने बेटे ने थोड़े? बेटे जी मेरे दो ने, वो पता नहीं किधर गए चले ने। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਮੁਲਾਪੁਰ ਦੇ ਰਹਿਣ ਵਾਲੇ ਹਾਂ। ਮੁਲਾਪੁਰ ਦੇ? ਹਾਂਜੀ। ਸ਼ੁਰੂ ਤੋਂ ਇੱਥੇ ਰਹਿ ਰਹੇ ਹੋ? ਨਹੀਂ ਪਹਿਲੋਂ ਪਿੱਛੋਂ ਹਿੰਦੁਸਤਾਨ ਦੇ ਸੀ। ਮਾਂ ਪਿਓ ਮੇਰਾ ਆਇਆ ਉੱਠਦੇ ਹਿੰਦੁਸਤਾਨ 'ਚੋਂ ਅਤੇ ਫਿਰ ਅਸੀਂ ਜੰਮੇ ਪਲੇ ਮੁਲਾਪੁਰ ਹੀ ਹਾਂ। ਮੁਲਾਪੁਰ ਜਦੋਂ ਦਾ ਤੁਸੀਂ ਕਲਮਾ ਪੜਿਆ ਉਦੋਂ ਬਾਅਦ ਉਹ ਤੁਹਾਨੂੰ ਛੱਡ ਕੇ ਗਏ ਚਲੇ? ਹਾਂ ਛੱਡ ਕੇ ਗਏ ਚਲੇ ਨੇ। ਉਹਨਾਂ ਦੀ ਮਾਂ ਮਰ ਗਈ ਹੈ ਅਤੇ ਉਹ ਛੱਡ ਕੇ ਗਏ ਚਲੇ ਨੇ। 2 ਸਾਲ ਹੋ ਗਏ ਪਤਾ ਨਹੀਂ ਕਿੱਧਰ ਗਏ ਅਤੇ ਕਿੱਧਰ ਨਹੀਂ। ਮੈਨੂੰ ਨਹੀਂ ਮਿਲਦੇ ਉਹ ਜੀ। ਅੱਛਾ ਭਰਾ ਵੀ ਛੱਡ ਗਏ ਨੇ? ਤੁਹਾਨੂੰ ਪੈਣਾ ਭਰਾ ਵੀ ਛੱਡ ਗਿਆ? ਹਾਂਜੀ। ਕੀ ਕਹਿੰਦੇ ਨੇ? ਉਹ ਆਉਂਦੇ ਨੇ ਤੂੰ ਸਾਡਾ ਭਰਾ ਹੀ ਨਹੀਂ, ਤੂੰ ਕਲਮਾ ਪੜ੍ਹ ਲਿਆ ਤੇਰੇ ਵੀਜਾ ਪੁੱਤਰ ਨੇ ਤੇ ਵੀਜਾ ਤੇਰੇ ਭਰਾ ਨੇ। ਤੁਹਾਨੂੰ ਕੀ ਲੱਗਦਾ ਤੁਸੀਂ ਕਲਮਾ ਪੜ੍ਹ ਲਿਆ ਤੂੰ ਹਾਂਜੀ ਸਕੂਨ ਹੁੰਦਾ? ਸਕੂਨ ਜੀ ਬੜਾ ਹੁੰਦਾ ਕਲਮਾ ਪੜ੍ਹ ਲਿਆ। ਬਿਮਾਰ ਵੀ ਰਹੀਦਾ ਅਤੇ ਜਿਹੜੇ ਉਹਦੇ ਘਰ 'ਚ ਆ ਜਾਈਦਾ ਅੱਲਾਹ ਦੇ ਘਰ 'ਚ ਸਕੂਨ ਹੋ ਜਾਂਦਾ। ਕਲਮਾ ਕਦੋਂ ਪੜ੍ਹਿਆ ਜੀ? ਕਲਮਾ ਮੈਨੂੰ ਜੀ 2 ਸਾਲ ਹੋ ਗਏ ਨੇ ਪੜ੍ਹੇ ਨੂੰ। ਕਲਮਾ ਫਿਰ ਆਉਂਦਾ? ਹਾਂਜੀ। ਥੋੜ੍ਹਾ ਜਿਹਾ ਸੁਣਾਓ ਸਾਨੂੰ। ਲਾ ਇਲਾਹਾ ਇਲੱਲਾ ਮੁਹੰਮਦ ਰਸੂਲੱਲਾ। ਮਾਸ਼ਾਅੱਲਾ ਜੀ। ਬਾਬਾ ਜੀ ਕੋ ਕਲਮਾ ਵੀ ਯਾਦ ਹੈ? ਅੱਛਾ ਇਦੋਂ ਪਹਿਲੇ ਤੁਹਾਨੂੰ ਕਲਮਾ ਆਉਂਦਾ ਸੀ? ਨਹੀਂ ਇਦੋਂ ਪਹਿਲੇ ਕੋਈ ਨਹੀਂ ਸੀ ਆਉਂਦਾ। ਜਦੋਂ ਦਾ ਮੈਂ ਮੁਸਲਮਾਨ ਹੋਇਆ ਕਲਮਾ ਪੜ੍ਹਾਇਆ ਮੈਨੂੰ ਮੌਲਵੀ ਨੇ, ਉਦੋਂ ਬਾਅਦ ਤਾਂ ਮੈਂ ਫਿਰ ਤਸਵੀਰ ਹੱਥ 'ਚ ਪੜ੍ਹਦਾ ਰਹਿੰਦਾ ਸਾਰਾ ਦਿਹਾੜੀ ਪੜ੍ਹਦਾ ਰਹਿੰਦਾ। ناظرین آپ نے دیکھا ہے کہ بابا جی ہے وہ ہمیں بتا رہے ہیں کہ پہلے یہ عیسائی تھے اور اب یہ آپ مسلمان ہو گئے ہیں۔ ٹھیک ہے مذہب تو مذہب ہوتا ہے، ہر بندہ اپنے مذہب کو اسلام کرتا ہے۔ ٹھیک ہے عیسائی جو اپنے مذہب کو اسلام کرتے ہیں، مسلمان اپنے مذہب کو اسلام کرتے ہیں، لیکن جو جو بندے کو جس طرح کا مذہب صحیح لگتا ہے ہم تو اپیل کر سکتے ہیں۔ بابا جی کا یہی کہنا ہے کہ میرے پاس، بابا جی آج کل کتنے رہ رہے ہو؟ آج کل جی کدے مسیتے کدے کہے تے گھر سوں جی دا مکان کو نہیں ہے گا، جگہ ہے گی میری 2 مرلے ਅਤੇ ਮਕਾਨ ਵਿੱਚ ਕੋਈ ਨਹੀਂ, ਮੈਥੋਂ ਪਿਆ ਪੈਂਦਾ ਨਹੀਂ। ਕੀ ਜ਼ਿੰਦਗੀ ਕਿਹੜੀ ਗੁਜ਼ਰ ਰਹੀ ਆ ਲੋਕਾਂ ਨੂੰ ਦੱਸੋ ਜ਼ਿੰਦਗੀ? ਉਹ ਜੀ ਜ਼ਿੰਦਗੀ ਇਸ ਤਰ੍ਹਾਂ ਵੀ ਹੋਟਲ 'ਤੇ ਰੋਟੀ ਕਦੇ ਖਾ ਲਈ ਦੀ, ਜਦੋਂ ਕੋਈ ਪੈਸੇ ਹੁੰਦੇ ਨੇ ਰੋਟੀ ਖਾ ਲਈ ਦੀ, ਜਦੋਂ ਨਹੀਂ ਹੁੰਦੇ ਉਦੋਂ ਆਪਦਾ ਪਾਣੀ ਪੀ ਕੇ ਜਾਂ ਰਸ ਖਾ ਕੇ ਗੁਜ਼ਾਰਾ ਕਰ ਲਈਦਾ। ਪਹਿਲੇ ਜਦੋਂ ਤੁਸੀਂ ਦੂਸਰੇ ਮੁਸਲਮਾਨ ਨਹੀਂ ਸਾਜੇ, ਉਦੋਂ ਪਹਿਲੇ ਤੁਹਾਡੇ ਕੋਲ ਕੀ ਜਾਇਦਾਦ ਸੀ? ਕਿਸ ਤਰ੍ਹਾਂ ਦਾ ਸੀ? ਉਦੋਂ ਡੰਗਰ ਵੀ ਆਏ ਸੀ ਮੇਰੇ ਕੋਲ, ਡੰਗਰ ਵੀ ਮੇਰੇ ਕੋਲ ਆਇਆ ਸੀ, ਦੁੱਧ ਸੁੱਧ ਵੀ ਹੈਗਾ ਸਾਰਾ, ਬਾਲੀ ਬੱਚਾ ਵੀ ਆਇਆ ਸੀ। ਉਦੋਂ ਰੋਟੀ ਖਾਈ ਨਹੀਂ ਸੀਗੀ, ਮੇਰਾ ਟੋਕੇ 'ਚ ਹੱਥ ਆ ਗਿਆ, ਮੇਰੇ ਪੁੱਤਰ ਮੇਰੇ ਮਗਰ ਨਹੀਂ ਗਏ ਹਸਪਤਾਲ 'ਚ, ਕਿਸੇ ਨੇ ਟਾਂਕੇ ਲਵਾਏ ਹੱਥ 'ਤੇ ਅਤੇ ਫਿਰ ਅੱਲਾ ਰਹਿਮ ਕਰ ਗਿਆ, ਸੱਜਾ ਹੱਥ ਸੀ ਜੀ ਟੋਕੇ 'ਚ ਹੱਥ ਆ ਗਿਆ ਜੀ। ਫਿਰ ਮੈਨੂੰ ਜੀ ਖੋਤਾ ਵੱਢ ਗਿਆ ਹਲਕਾ, ਬਾਂਹ ਮੇਰੀ ਉਹਨੇ ਤੋੜ ਦਿੱਤੀ, ਹਰ ਟਾਂਕੇ 22 ਟਾਂਕੇ ਲੱਗੇ ਸੀ ਬਾਂਹ 'ਤੇ। ਅੱਛਾ ਮੇਰੇ ਕੋਈ ਭਰਾ ਨਹੀਂ ਮਗਰ ਗਿਆ, ਨਾ ਪੁੱਤਰ ਗਰ। ਤੁਸੀਂ ਕਦੋਂ ਸੋਚਿਆ ਵੀ ਮੈਂ ਕਲਮਾ ਪੜ੍ਹ ਲਵਾਂ? ਜੀ ਹਲੇ ਮੈਂ ਸੋਚਿਆ ਵੀ ਇਹ ਤਾਂ ਮੇਰੇ ਮਗਰ ਨਹੀਂ ਜਾਂਦੇ, ਮੈਂ ਫਿਰ ਆਪ 'ਚ ਸੋਚਿਆ ਰਾਤ ਬੈਠਾ
ਜੇ ਅਸੀਂ ਸੋਚਿਆ ਵੀ ਕਲਮਾ ਪੜ੍ਹ ਲੈਂਦੇ ਹਾਂ ਇਸ ਗੱਲ ਨਾਲ, ਜਦੋਂ ਸੰਭਾਲਦੇ ਹੀ ਨਹੀਂ ਕਲਮਾ ਪੜ੍ਹ ਲੈਂਦੇ ਹਾਂ ਅੱਲਾ ਦੇ ਘਰ 'ਚ ਵੜ ਜਾਂਦੇ ਹਾਂ, ਪੰਜ ਟਾਈਮ ਨਮਾਜ਼ ਪੜ੍ਹੀ ਦੀ ਅੱਲਾ ਦੇ ਘਰ 'ਚ, ਅਤੇ ਫਿਰ ਆਪਦਾ ਸਕੂਨ ਰਹਿੰਦਾ, ਫਿਰ ਜਾ ਜਾਈਦਾ ਕਿਸੇ ਦੇ ਘਰ ਹੀ ਜਾ ਸਹੁਰੀ ਦਾ। ਹੁਣ ਤੁਸੀਂ ਕੀ ਜਿਹੜੇ ਵੇਹਦੇ ਪੈਣੇ ਤੁਹਾਨੂੰ ਲੋਕ, ਉਹਨਾਂ ਨੂੰ ਕੀ ਆਖਣਾ ਚਾਹੁੰਦੇ ਹੋ? ਉਹਨਾਂ ਨੂੰ ਮਜ਼ੀਦ ਇਹ ਆਖਣਾ ਚਾਹੀਦਾ ਵੀ ਮੇਰੀ ਕੋਈ ਅੱਲਾ ਮਦਦ ਕਰਨ ਦੇ, ਅਤੇ ਉਹਦੇ ਨਾਲ ਅੱਲਾ ਕੰਮ ਸੂਤਰ ਕਰਦੇ ਆ ਅਤੇ ਆਪਦਾ ਚਲੋ ਮਕਾਨ ਪੈ ਗਿਆ ਆਪਦੇ ਮਕਾਨ 'ਚ ਤਾਂ ਵੱਡ ਬਾਂਹ ਦਾ ਕਿਸੇ ਦੀ ਗੱਲ ਹੀ ਨਾ ਸਮਾਂ ਦਾ। ਹਾਂਜੀ ਮਕਾਨ ਬਣਵਾਉਣਾ ਚਾਹੁੰਦੇ? ਹਾਂਜੀ ਮਕਾਨ ਬਣਵਾਉਣਾ ਚਾਹੀਦਾ, ਕੰਮ ਮੈਥੋਂ ਨਹੀਂ ਆਉਂਦਾ ਜੀ, ਕੰਮ ਕਰ ਲਈਏ ਡਿੱਗ ਡੁੱਗ ਪਈ ਦਾ ਫਿਰ ਉਵੇਂ ਹੋ ਜਾਈਦਾ, ਬਿਮਾਰ ਵਜ੍ਹਾ ਕੋਈ ਪੁੱਛਦਾ ਹੀ ਨਹੀਂ। ਨਾਜ਼ਰੀਨ ਬਾਬਾ ਜੀ ਕੀ ਆਪਣੀ ਬਾਤੇਂ ਸੁਣੀ, ਕਲਮਾ ਇਹਨਾਂ ਨੇ ਇਸ ਲਈ ਪੜ੍ਹਾ ਕਿ ਇਨਕਾ ਜੋ ਹਾਥ ਥਾ ਵੋ ਇੱਕ ਟੋਕੇ ਮੇਂ ਆ ਗਿਆ ਥਾ, ਫਿਰ ਇਨਕੀ ਬਾਜ਼ੂ ਕਿਸੀ ਗਧੇ ਨੇ ਮੂੰਹ ਮੇਂ ਡਾਲ ਲਈ, ਠੀਕ ਹੈ ਵੋ ਖਰਾਬ ਹੋ ਗਈ, ਫਿਰ ਉਹਨਾਂ ਨੇ ਸੋਚਿਆ ਕਿ ਮੈਂ ਅਕੇਲਾ ਹੀ ਹੂੰ, ਪਹਿਲੇ ਵੀ ਅਕੇਲਾ ਹੀ ਹੂੰ, ਔਰ ਅਬ ਮੈਂ ਕਲਮਾ ਪੜ੍ਹ ਲੈਤਾ ਹੂੰ, ਠੀਕ ਹੈ ਜਬ ਕਲਮਾ ਬੰਦਾ ਪੜ੍ਹ ਲੇ ਤੋ ਫਿਰ ਇਨਕੋ ਪੁੱਛੇ। ਬਾਬਾ ਜੀ ਜਦੋਂ ਤੋਂ ਤੁਸੀਂ ਕਲਮਾ ਪੜ੍ਹਿਆ ਤੁਹਾਡੀ ਜ਼ਿੰਦਗੀ ਬਦਲ ਗਈ? ਮੇਰੀ ਜ਼ਿੰਦਗੀ ਜੀ ਬੜੀ ਬਦਲ ਗਈ ਹੈ, ਅੱਲਾਹ ਦਾ ਬੜਾ ਕਰਮ ਹੋ ਗਿਆ। ਜਦੋਂ ਉਹਦੇ ਘਰ 'ਚ ਗਏ ਹਾਂ, ਬਿਮਾਰ ਵੀ ਹੁੰਦੇ ਸਨ ਤਾਂ ਸਹੀ ਹੋ ਜਾਂਦੇ ਸਾਂ, ਅਜੇ ਵੀ ਸਹੀ ਹਾਂ, ਰੱਬ ਉਹਦੇ ਘਰ 'ਚ ਵੜਿਆੜੀ ਦਾ ਪੰਜ ਟਾਈਮ ਨਮਾਜ਼ ਪੜ੍ਹੀ ਦੀ, ਪੰਜ ਟਾਈਮ ਨਮਾਜ਼ ਅੱਲਾਹ ਦੇ ਘਰ 'ਚ ਪੜ੍ਹੀ ਦੀ, ਅੱਲਾਹ ਦੇ ਘਰ ਦੀ ਸੇਵਾ ਵੀ ਕਰੀ ਦੀ, ਅੱਲਾਹ ਤੰਦਰੁਸਤੀ ਦਿੱਤੀ ਰੱਖਦਾ। ਤੁਸੀਂ ਆਪਦੇ ਮੂੰਹ ਨਾਲਾਂ ਦੇ ਪੈਜੇ ਵੀ ਤੁਸੀਂ ਕਲਮਾ ਪੜ੍ਹ ਲਿਆ? ਹਾਂਜੀ। ਸਹੀ ਮੁਸਲਮਾਨ ਹੋ? ਹਾਂਜੀ ਸਹੀ। ਹਾਂਜੀ ਤੁਹਾਨੂੰ ਕਿਸੇ ਨੇ ਜ਼ਬਰਦਸਤੀ ਤਾਂ ਨਹੀਂ ਆਖਿਆ ਵੀ? ਨਹੀਂ ਨਹੀਂ, ਆਪਦੇ ਸ਼ੌਂਕ ਨਾਲ ਪੜ੍ਹਿਆ, ਸ਼ੌਂਕ ਨਾਲ ਪੜ੍ਹਿਆ, ਜਦੋਂ ਦਮ ਤਾਂ ਦਮ ਰਹਿ ਗਿਆ ਕੱਲਾ ਅਤੇ ਮੈਂ ਕਲਮਾ ਪੜ੍ਹ ਲਿਆ। ਅੱਛਾ ਨਾਜ਼ਰੀਨ, ਆਪਣੇ ਬਾਬਾ ਜੀ ਕੀ ਬਾਤੇਂ ਸੁਣੀ, ਇਨਕਾ ਯਹੀ ਕਹਿਣਾ ਕਿ ਮੇਰੇ ਪਾਸ ਕਮਰਾ ਨਹੀਂ ਹੈ, ਰਹਿਣੇ ਕੇ ਲੀਏ ਜਗ੍ਹਾ ਨਹੀਂ ਹੈ, ਖਾਣੇ ਕੇ ਲੀਏ ਕੁਛ ਚੀਜ਼ ਨਹੀਂ ਹੈ, ਠੀਕ ਹੈ ਮੈਂ ਬਸ ਪਾਣੀ ਪੀ ਲੇਤਾ ਹੂੰ, ਔਰ ਕਭੀ ਕਹਾਂ ਪੇ ਕਭੀ ਕਹਾਂ ਪੇ, ਤੋ ਮੇਰੀ ਹੈਲਪ ਕੀ ਜਾਏ? ਹਮਾਰਾ ਨੰਬਰ ਸਕਰੀਨ ਪੇ ਸ਼ੋ ਹੋ ਰਹਾ ਹੋਗਾ, ਹਮ ਹਾਥ ਜੁੜ ਕੇ ਆਪਸੇ ਕਹੇਂਗੇ ਕਿ ਆਪ ਇਨਕੀ ਹੈਲਪ ਕਰੇ, ਇਨਕੋ ਇੱਕ ਰਹਿਣੇ ਕੇ ਲੀਏ ਮਕਾਨ ਬਣਾ ਕੇ ਦਿਆ ਜਾਏ, ਯੇ ਵੋ ਵਹਾਂ ਪੇ ਰਹਿ ਕੇ ਸੋਏ ਸਕੇ ਬੈਠ ਸਕੇ, ਤਾਂ ਕਿ ਕਿਸੀ ਕਾ ਮਿਥਾਜ ਨਾ ਹੋ। ਦੇਖਤੇ ਰਹੇ ਰੇਨੋ ਪਾਕਿਸਤਾਨ, ਅੱਲਾਹ ਹਾਫਿਜ਼।